ਪਹਿਲਾਂ ਤੁਸੀਂ ਨੇ ਅਸਤੀਫੇ ਦਿੱਤੇ ਨੇ ਉਹਦੇ ਵਿੱਚ ਪਾਰਟੀ ਹਾਈ ਕਮਾਂਡ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ? ਇਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਮੈਂ ਭਾਵਨਾਵਾਂ ਦੱਸੀਆਂ। ਅੱਜ ਤਾਂ ਹਜ਼ਾਰਾਂ ਦੀ ਤਾਦਾਦ 'ਚ ਇਹਨਾਂ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਸਾਨੂੰ ਬਾਹਰਲਾ ਮਨਜ਼ੂਰ ਨਹੀਂ, ਸਾਨੂੰ ਲੋਕਲ ਜਿਹੜਾ ਉਮੀਦਵਾਰ ਹੈ ਉਹ ਦਿੱਤਾ ਜਾਵੇ ਕੈਂਡੀਡੇਟ। ਬਾਬੂ ਜੀ, ਜਿਵੇਂ ਵਰਕਰਾਂ ਨੇ ਤੁਹਾਨੂੰ ਸੇਵਾਦਾਰ ਨਿਯੁਕਤ ਕਰਤਾ, ਪਾਰਟੀ ਨੇ ਹਲਕਾ ਇੰਚਾਰਜ ਨਿਯੁਕਤ ਕਰਿਆ ਹੋਇਆ, ਪੇਜ ਫਸ ਗਿਆ, ਕਿੱਧਰ ਨੂੰ ਜਾਣਗੇ ਵਰਕਰ? ਵਰਕਰ ਤੁਹਾਡੇ ਨਾਲ ਖੜਨਗੇ, ਪਾਰਟੀ ਨਾਲ ਖੜਨਗੇ, ਤੁਸੀਂ ਪਾਰਟੀ ਨਾਲ ਖੜੋਗੇ ਜਾਂ ਆਜ਼ਾਦ ਡਫਲੀ ਬਜਾ? ਕੋਈ ਅਸੀਂ ਡਫਲੀ ਨਹੀਂ ਬਜਾ ਰਹੇ, ਕੋਈ ਵਰਕਰ ਦੁਬਧਾ ਦੇ ਵਿੱਚ ਨਹੀਂ ਹੈ। ਵਰਕਰਾਂ ਦੀ ਬੜੀ ਕਲੈਰਿਟੀ ਹੈ ਕਿ ਸਾਨੂੰ ਬਾਹਰਲਾ ਬੰਦਾ ਮਨਜ਼ੂਰ ਨਹੀਂ। ਕੀ ਵਰਕਰਾਂ ਦਾ ਹੱਕ ਨਹੀਂ? ਹੱਕ ਤਾਂ ਹੈ ਨਾ ਉਹਨਾਂ ਦਾ, ਉਹਨਾਂ ਦਾ ਬੁਨਿਆਦੀ ਹੱਕ ਹੈ, ਕੋਈ ਚਾਹੁੰਦੇ ਕਿ ਉਹਨੂੰ ਨਹੀਂ। ਮੈਂ ਇੱਥੇ ਪੌਣੇ 5 ਸਾਲ ਪਰ ਇੰਚਾਰਜ ਰਿਹਾ ਅਤੇ ਪਾਰਟੀ ਨੇ ਮੌਕੇ 'ਤੇ ਆ ਕੇ ਫੈਸਲਾ ਬਾਹਰਲੇ ਬੰਦੇ ਦਾ ਕਰਤਾ, ਮੈਨੂੰ ਧੂਰੀ ਭੇਜਤਾ। ਬਾਬੂ ਜੀ, ਅਗਰ ਪਾਰਟੀ ਹਾਈ ਕਮਾਂਡ ਰਿਵਿਊ ਨਹੀਂ ਕਰਦੀ ਫਿਰ ਤੁਹਾਡਾ ਅਗਲਾ ਐਕਸ਼ਨ? ਦੇਖੋ, ਰਾਜਨੀਤੀ ਦੇ ਵਿੱਚ ਭਵਿੱਖ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਜੇ ਮੰਨ ਲਓ ਹਜ਼ਾਰਾਂ ਵਰਕਰਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਨਹੀਂ ਮੰਨਦੀ, ਵਰਕਰ ਫਿਰ ਫੈਸਲਾ ਲੈ ਲੈਣਗੇ। ਅਗਰ ਪਾਰਟੀ ਪ੍ਰਧਾਨ ਇਹ ਫੈਸਲਾ ਨਹੀਂ ਬਦਲਦੇ ਪਹਿਲਾਂ ਵਾਲਾ, ਫਿਰ ਤੁਹਾਡਾ ਅਗਲਾ? ਸਾਰੇ ਵਰਕਰ ਫੈਸਲਾ ਕਰਨਗੇ, ਜੋ ਕਮੇਟੀ ਬਣਾਈ ਹੈ ਬਾਬੂ ਜੀ ਨੇ ਜੋ ਫੈਸਲਾ ਕਰੂ ਉਹ ਸਾਰੇ ਮਨਜ਼ੂਰ ਕਰਨਗੇ। ਕਮੇਟੀ ਤੁਸੀਂ ਨੇ ਬਣਾਈ ਹੈ ਬਾਬੂ ਜੀ ਨੇ ਬਣਾਈ? ਅਸੀਂ ਬਣਾਈ ਸੀ, ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ, ਜੋ ਮੂਹਰਲੇ ਵਰਕਰ ਸੀਗੇ ਸਾਰਿਆਂ ਨੇ ਬਣਾਈ ਸੀ। ਅੱਜ ਸਾਰੇ ਵਰਕਰ ਇਕੱਠੇ ਹੋਏ ਨੇ, ਜੋ ਫੈਸਲਾ ਹੋਊਗਾ ਉਸ ਤਰ੍ਹਾਂ ਚੱਲਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਅੱਜ ਜਿੱਥੇ ਰਾਜਨੀਤੀ ਦੇ ਵਿੱਚ ਉਥਲ ਪੁਥਲ ਹੋ ਰਹੀ ਆ, ਉੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਕਿਤੇ ਨਾ ਕਿਤੇ ਉਲਝਦਾ ਲੱਗਦਾ ਵਰਕਰਾਂ ਦੇ ਵਿੱਚ ਆਪਸ ਵਿੱਚ, ਕਿਉਂਕਿ ਹਲਕਾ ਇੰਚਾਰਜ ਬਿਨਰਜੀਤ ਗੋਲਡੀ ਨੂੰ ਲਾਇਆ ਜਾਂਦਾ, ਦੂਜੇ ਪਾਸੇ ਵਰਕਰਾਂ ਦੇ ਵਿੱਚ ਭਾਰੀ ਨਿਰਾਸ਼ਾ ਪਾਈ ਜਾਂਦੀ ਆ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਜਿਹੜੇ ਪਿਛਲੇ ਮਹੀਨੇ ਅਸਤੀਫੇ ਦੇ ਕੇ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤੇ ਸੀ, ਅੱਜ ਭਾਰੀ ਵਰਕਰਾਂ ਨੇ ਇਕੱਠ ਕਰਕੇ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਹਲਕਾ ਸੇਵਾਦਾਰ ਨਿਯੁਕਤ ਕਰ ਦਿੱਤਾ। ਪੁੱਛ ਲੈਂਦੇ ਹਾਂ ਬਾਬੂ ਜੀ, ਕਿਵੇਂ ਦੇਖਦੇ ਹੋ ਵਰਕਰਾਂ ਦੀ ਭਾਵਨਾ ਨੂੰ? ਦੇਖੋ, ਜਿਹੜਾ ਵਰਕਰ ਹੈ ਨਾ, ਉਹਦੀ ਬਹੁਤ ਵੱਡੀ ਸ਼ਕਤੀ ਹੈ। ਵਰਕਰਾਂ ਤੋਂ ਬਿਨਾਂ ਨਾ ਕੋਈ ਆਗੂ ਅਤੇ ਨਾ ਪਾਰਟੀ, ਕਿਸੇ ਦੀ ਹੋਂਦ ਨਹੀਂ ਰਹਿੰਦੀ। ਅੱਜ ਜਿਹੜੇ ਹਲਕਾ ਸਰੂਰ ਦੇ ਵਰਕਰ ਸੀ, ਉਹਨਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਕੱਠੇ ਹੋ ਕੇ ਇੱਕ ਮੀਟਿੰਗ ਰੱਖੀ ਹੈ। ਉਸ ਮੀਟਿੰਗ ਦੇ ਵਿੱਚ ਮੈਨੂੰ ਸੱਦਿਆ ਅਤੇ ਉਹਨਾਂ ਵਰਕਰਾਂ ਨੇ ਆਪਣੀ ਜਿਹੜੀ ਭਾਵਨਾਵਾਂ ਦਾ ਇਜ਼ਹਾਰ ਹੈ ਉਹ ਹਾਈ ਕਮਾਂਡ ਤੱਕ ਪਹੁੰਚਾਇਆ ਹੈ ਕਿ ਹਲਕੇ ਤੋਂ ਜਿਹੜਾ ਬਾਹਰਲਾ ਇੰਚਾਰਜ ਹੈ ਉਹ ਸਾਨੂੰ ਪ੍ਰਵਾਨ ਨਹੀਂ ਹੈ। ਕਿਉਂਕਿ ਜਿਹੜਾ ਬਾਹਰਲਾ ਇੰਚਾਰਜ ਹੈ ਉਹ ਤਾਂ ਨਾ ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦਾ, ਨਾ ਉਸਨੂੰ ਹਲਕਾ ਸੰਗਰੂਰ ਦੀ ਜਿਹੜੀ ਭੂਗੋਲਿਕ ਸਥਿਤੀ ਆ ਉਹਦੇ ਬਾਰੇ ਪਤਾ ਹੈ। ਕਿਸੇ ਗਲੀ ਦਾ ਨਹੀਂ ਪਤਾ, ਕਿਸੇ ਮੁਹੱਲੇ ਦਾ ਨਹੀਂ ਪਤਾ, ਕਿਸੇ ਪਰਿਵਾਰ ਦਾ ਨਹੀਂ ਪਤਾ। ਕਿਉਂਕਿ ਪਿਛਲੇ 2022 ਦੀ ਇਲੈਕਸ਼ਨ ਦੇ ਵਿੱਚ ਭਾਵੇਂ ਪਾਰਟੀ ਨੇ ਮੈਨੂੰ ਧੂਰੀ ਭੇਜਿਆ, ਧੂਰੀ ਜਾਣ ਤੋਂ ਬਾਅਦ ਧੂਰੀ ਦੇ ਵਿੱਚ ਵੀ ਨੁਕਸਾਨ ਬਹੁਤ ਵੱਡਾ ਹੋ ਗਿਆ, ਕੇਵਲ 8000 ਵੋਟ ਪਈ ਹੈ ਇਸ ਮੁੱਖ ਮੰਤਰੀ ਦੇ ਖਿਲਾਫ਼ ਲੜੇ, ਔਰ ਇੱਥੇ ਜਿਹੜਾ ਉਮੀਦਵਾਰ ਭੇਜਿਆ ਸੰਗਰਾਮ ਤੋਂ ਉਹਨੂੰ ਕੇਵਲ 9-10 ਹਜ਼ਾਰ ਵੋਟ ਪਈ ਹੈ, ਜਦੋਂ ਕਿ ਹਲਕਾ ਸੰਗਰੂਰ ਧੂਰੀ ਨਾਲੋਂ 30 ਹਜ਼ਾਰ ਵੋਟ ਜ਼ਿਆਦਾ। ਉਹਦਾ ਕਾਰਨ ਇੱਕੋ ਹੋਇਆ ਕਿ ਜ਼ਿਆਦਾ ਵਰਕਰ ਨਿਰਾਸ਼ ਹੋ ਗਿਆ ਜਾਂ ਵਰਕਰ ਦੂਜੀਆਂ ਪਾਰਟੀਆਂ 'ਚ ਚਲੇ ਗਏ। ਕਿਉਂਕਿ ਉਹਨਾਂ ਨੂੰ ਦੇਖੋ, ਵਰਕਰ ਦੇ ਅੰਦਰ ਇੱਕ ਅੰਦਰੋਂ ਰੂਹ ਦਾ ਪਿਆਰ ਹੁੰਦਾ, ਇੱਕ ਸਾਂਝ ਹੁੰਦੀ ਹੈ। ਜਿੰਨਾ ਚਿਰ ਵਰਕਰ ਨੂੰ ਹੌਸਲਾ ਨਾ ਹੋਵੇ ਤਾਂ ਵਰਕਰ ਕੰਮ ਨਹੀਂ ਕਰ ਸਕਦਾ, ਇਸ ਕਰਕੇ ਉਹ ਨੁਕਸਾਨ ਹੋ ਗਿਆ। ਮੈਂ ਪਾਰਟੀ ਹਾਈ ਕਮਾਂਡ ਨੂੰ ਜੋ ਭਾਵਨਾਵਾਂ ਅੱਜ ਵਰਕਰਾਂ ਨੇ ਪ੍ਰਗਟ ਕੀਤੀਆਂ ਨੇ ਪਹਿਲਾਂ ਵੀ ਪਾਰਟੀ ਨੂੰ ਦੱਸਿਆ। ਬਾਬੂ ਜੀ, ਪਹਿਲਾਂ ਤੁਸੀਂ ਨੇ ਅਸਤੀਫੇ ਦਿੱਤੇ ਨੇ, ਉਹਦੇ ਵਿੱਚ ਪਾਰਟੀ ਹਾਈ ਕਮਾਂਡ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ? ਦੇਖੋ, ਪਾਰਟੀ ਹਾਈ ਕਮਾਂਡ ਨਾਲ ਤਾਂ ਗੱਲਾਂ ਰੋਜ਼ ਚੱਲਦੀਆਂ ਨੇ। ਉਹਨਾਂ ਨੂੰ ਮੈਂ ਦੱਸਿਆ ਸੀਗਾ ਕਿ ਜਿੰਨਾ ਚਿਰ ਹਲਕੇ ਦਾ ਲੋਕਲ ਉਮੀਦਵਾਰ ਨਹੀਂ ਹੈਗਾ, ਲੋਕਲ ਕੈਂਡੀਡੇਟ ਨਹੀਂ ਹੈਗਾ, ਲੋਕਲ ਇੰਚਾਰਜ ਨਹੀਂ ਹੈਗਾ, ਫਰਜ਼ ਕਰੋ ਮੈਂ ਜਾ ਰਿਹਾ, ਜੇ 50 ਬੰਦੇ ਸੱਜਣ ਮੈਨੂੰ ਮਿਲਦੇ ਨੇ, 50 ਮੈਨੂੰ ਬਾਈ ਨੇਮ ਜਾਣਦੇ ਨੇ, ਉਹਨਾਂ ਦੇ ਬੱਚਿਆਂ ਤੱਕ ਨੂੰ ਜਾਣਦੇ ਹਾਂ, ਉਹਨਾਂ ਦੇ ਦੁੱਖ ਸੁੱਖ ਦੇ ਸਾਂਝੀ ਹਾਂ। ਇਸ ਕਰਕੇ ਪਾਰਟੀ ਹਾਈ ਕਮਾਂਡ ਨੂੰ ਮੈਂ ਭਾਵਨਾਵਾਂ ਦੱਸੀਆਂ। ਅੱਜ ਤਾਂ ਹਜ਼ਾਰਾਂ ਦੀ ਤਾਦਾਦ 'ਚ ਇਹਨਾਂ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਸਾਨੂੰ ਬਾਹਰਲਾ ਮਨਜ਼ੂਰ ਨਹੀਂ, ਸਾਨੂੰ ਲੋਕਲ ਜਿਹੜਾ ਉਮੀਦਵਾਰ ਹੈ ਉਹ ਦਿੱਤਾ ਜਾਵੇ ਕੈਂਡੀਡੇਟ। ਉਹਨਾਂ ਨੇ ਮੇਰੇ 'ਤੇ ਭਰੋਸਾ ਕੀਤਾ ਅਤੇ ਮੈਨੂੰ ਅੱਜ ਸੇਵਾ ਕਰਨ ਦੇ ਲਈ ਫਿਰ ਹੁਕਮ ਲਾਇਆ। ਮੈਂ ਤਾਂ ਪਹਿਲਾਂ ਵੀ ਸੇਵਾਦਾਰ ਸੀ, ਅੱਜ ਵੀ ਸੇਵਾਦਾਰ ਹਾਂ ਅਤੇ ਹਮੇਸ਼ਾ ਸੇਵਾਦਾਰ ਰਹੂੰਗਾ। ਬਾਬੂ ਜੀ, ਜਿਵੇਂ
वर्कर ने थोनों सेवादार नियुक्त करता, पार्टी ने हल्का इंचार्ज नियुक्त करया होया, हुण पेज फस गया, किधर नूं जाणगे वर्कर? वर्कर थोड़े नाल खड़नगे, पार्टी नाल खड़नगे, तुसीं पार्टी नाल खड़ोगे जां आजाद डफली बजाओगे? कोई असीं डफली नहीं बजा रहे, कोई वर्कर दुविधा दे विच नहीं है। वर्करां दी बड़ी क्लैरिटी है कि सानूं बाहरला बंदा मंजूर नहीं, कि वर्करां दा हक नहीं, हक तां है ना उहनां दा, उहनां दा बुनियादी हक है, कोई चाहुंदे कि उहने जे वर्करां दीआं भावनावां दे उल्ट कोई बंदा आऊगा तां उहदा नुकसान पार्टी नूं हो जाणे। इस करके वर्कर दुविधा दे विच नहीं, वर्करां ने तां अज स्पष्ट करता कि असीं बाहरले उम्मीदवार नूं चाहुंदे नहीं, बाहरले इंचार्ज नूं चाहुंदे नहीं, ना असीं उहदे नाल मीटिंग 'च जाणा, ना उहदे नाल असीं कोई राबता बनाउणे। इस करके वर्करां ने मैनूं सद के गल कही है कि गर्ग साहब तुहानूं परखिया होया, तुहानूं जाणदे आ, तुहाडी जात नूं जाणदे आ, तुहाडे किरदार नूं जाणदे आ, तुसीं लंबा समां काम कीता, तुसीं जे साडी सेवा कीती आ इमानदारी दे नाल, तां साडी तुहानूं इह हुकम है कि तुसीं हल्के दी सेवा करो। सेवादार कोई अहुदा नहीं हुंदा, सेवादार इक मैं समझदा वर्करां दे भावना दी मानता हैगी है, वो ये मानता दे रहे हैं कि गर्ग साहब तुसी काम किया, तो जे मैं वर्करां दे नाल धोखा किया हुंदा, ठगियां लाईयां हुंदियां, लोगों तो पैसे इकट्ठे किए होंगे, तो मैनू नहीं लगता कि हज़ारां की तादाद वर्कर अज मैनू बुला के कहिंदे कि गर्ग साहब तुसी सेवा करो। इस करके तो उन्हां दी भावना है कि लोकल जिहड़ा है हल्के का जिहड़ा कोई भी आगू है उही हल्के दे लोकां दीआं भावनावां समझ सकदा है, और कोई इहदे विच बागी होण वाली गल नहीं। जे उन्होंने इंचार्ज ला भी दिता, 100 वारी रिव्यू हुंदा है पार्टी के अंदर, फैसले तो हमेशा रिव्यू होंदे रहिंदे ने। तुसी देखो मैं इतने 4.5 साल पर इंचार्ज रहा, तो पार्टी ने मौके से आके फैसला बाहरले बंदे का करता, मैनू धूरी भेजता। इस करके पार्टी ने भी लोगों दी भावना देखने, पार्टी ने वोट कितों लेनी है? आ जिहड़े अज हज़ारां की तादाद च आए ने वोट इन्हां कोल, यही वर्कर ने, यही घर घर जाएंगे, यही बूथां ते बैठणगे, यही घर रिश्तेदारियां च जाएंगे, तो जे वर्कर ही साडे नाल है नहीं तो फिर मैनू नहीं समझता कि अज वर्कर मेरे नाल ना होवे तो मेरी पोजीशन जीरो है। इस करके मैं नहीं समझता कोई टकराव वाली गल है, तो वर्करां दी जिहड़ी भावना है इन्होंने अपनी हाईकमांड तक पहुँची है, और मैं भी इन्हां दीआं भावनावां बचाऊंगा। मैनूं पूरी उम्मीद है कि पार्टी हाईकमांड इहनूं रिव्यू करेगी, रिव्यू करके लोगों दीआं भावनावां अनुसार लोकल जिहड़े कोई आगू ने उहनां नूं अपने हल्कियां 'च भेजूगी। बाबू जी, अगर पार्टी हाईकमांड रिव्यू नहीं करती फिर तुहाडा अगला एक्शन की होगा? देखो राजनीति दे विच भविख बारे कुछ नहीं कहा जा सकता। जे मन लो हज़ारां वर्करां दीआं भावनावां नूं पार्टी नहीं मनदी, वर्कर फिर फैसला ले लैणगे। लेकिन जो भी वर्कर फैसला लैणगे, मैं तां बोलदिआं ने कहा कि मैनूं सेवा सौंपती तुहाडी सेवा है, जे वर्कर सूली ते टंगणगे सूली ते वी खड़ांगे। इस करके वर्करां दा फैसला हर मत्थे सिर मत्थे मंजूर है, जो भी आने वाले टाइम विच वर्कर फैसला करनगे, ये नौबत नहीं आउणी। हज़ारां वर्करां दे फैसले नूं कदे पार्टियां उलटा नहीं सकदियां, इस करके नौबत नहीं आउणी। जे कोई इहो जी गल होगी, आ जिहड़े हज़ारां वर्कर अज आए ने, एदू भी वड्डा इकट्ठ करके फैसला करनगे, जो भी ये फैसला करनगे वर्कर वो मंजूर है। उरे वर्कर भी मौजूद ने, कर लैने गल, की भावना लेके अज, क्योंकि बाबू जी नूं तुसी ने सेवा सौंपी आ, बाबू जी ने थोनू नहीं बुलाया, तुसी ने बाबू जी नूं बुलाया, किवें देखदे हो? असी बाबू जी ने इस करके ही बुलाया सीगा, अज सारे वर्करां ने मीटिंग रखी सीगी कि जो ये अकाली दल ने किया बहुत गलत किया, सारे वर्कर नाराज़ सीगे, अज सारे वर्कर इकट्ठे होकर फिर बाबू जी दे नाल जुड़े ने, सारे इकट्ठे हो गए हैं, और यही मंग करदे आ कि सानू बाहरला मंजूर नहीं हैगा, सानू असी गर्ग साहब दे नाल आ, गर्ग साहब नाल ही रहांगे, जिते गर्ग साहब खड़नगे असी उत्थे ही नाल खड़ांगे इहनां दी। अगर पार्टी प्रधान ये फैसला नहीं बदलते पहलां वाला, फिर तुहाडा अगला जो सारे वर्कर फैसला करनगे, जो कमेटी बनाई है बाबू जी ने, जो फैसला करू वो सारे मंजूर करांगे। कमेटी तुसी ने बनाई है, बाबू जी ने बनाई है? असी बनाई सी, सारे जन मैंबरां ने इकट्ठे होकर, जो मुरले वर्कर सीगे सारे ने बनाई सी, अज सारे वर्कर इकट्ठे होए ने, जो फैसला होगा उस तरह चलांगे। ये सन श्रोमणी अकाली दल के वर्कर साहबान ते लीडर साहबान होर भी उरे मौजूद ने, हाँ जी, किवें देखदे हो जिहड़ा अज तुसी कमेटी बनाई आ, बाबू जी नूं सेवा लाई आ, पार्टी प्रधान जे नहीं मनदा तां तुसी तुहाडा की स्टैप होगा? ये तो जी ये है, जदों बाबू प्रकाश चंद गर्ग साहब हल्के च कम कर रहे सी, समुची संगत उन्होंने नाल रली हुई थी, गर्ग साहब की पिट ते खड़ी थी, जदों गर्ग साहब नूं धूरी भेजता साढ़े बहुत सारे वर्कर घरां दे विच बह गए, सरदार बिंदर सिंह गोल्डी जी तो उन्हां तक पहुँच नहीं हो सकी, साड़ी विधानसभा दे विच बहुत वोट घट गई, उदू बाद MP इलैक्शन आई, उहदे विच 3,350 वोट रह गई जी, तो उदू बाद वर्कर ने जिहड़े घरां च बैठे थे, असी एक कमेटी बनाई, सारे चेयरमैन साहब सारे अहुदेदार बड़े इकट्ठे होकर एक कमेटी बनाई है कि अपना हलका तो बिल्कुल निघार दे वल चलिया गया, इहदी आपां समीक्षा करिए। असी कमेटी बनाई जी, उहदे विच रह लैती वर्करां दी, लै लैती असी, फिर एक प्लैन बनाया भी वड्डी मीटिंग रख के वर्करां दी,
ਬਾਬੂ ਪ੍ਰਕਾਸ਼ ਚੰਦ ਗਰਗ ਸਾਹਿਬ ਨੂੰ ਆਪਾਂ ਹਲਕੇ ਦਾ ਸੇਵਾਦਾਰ ਨਿਯੁਕਤ ਕਰ ਦਈਏ। ਇਹਨਾਂ ਤੋਂ ਬਿਨਾਂ ਇੱਥੇ ਗਤੀ ਨਹੀਂ ਹੋਣੀ, ਕਿਉਂਕਿ ਅਕਾਲੀ ਦਲ ਦੇ ਰੁੱਸੇ ਹੋਏ ਵਰਕਰ ਅੱਜ ਦੀ ਮੀਟਿੰਗ ਦੇ ਵਿੱਚ ਦੁਬਾਰਾ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਜਿਹੜੇ ਰੁੱਸ ਕੇ ਘਰੇ ਬੈਠੇ ਸੀ। ਹਾਂਜੀ, ਕਿਵੇਂ ਲੱਗਦਾ, ਕਿਵੇਂ ਉਹਨਾਂ ਤੋਂ ਦੁਬਾਰੇ ਭਾਵਨਾ ਜਾਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਬਾਹਰਲਾ ਬੰਦਾ ਇੱਥੇ ਭੇਜੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਵੀ ਪਾਰਟੀ ਆ ਉਹ ਬਿਲਕੁਲ ਬੁਰੀ ਤਰ੍ਹਾਂ ਫੇਲ ਹੋਵੇਗੀ, ਕਿਉਂਕਿ ਜੋ ਵੀ ਇੱਥੇ ਲੀਡਰ ਆਉਂਦਾ ਹੈ ਉਹ ਇੰਨੇ ਸ਼ਹਿਰਾਂ ਦੇ ਨਾਂ ਯਾਦ ਨਹੀਂ ਰੱਖ ਸਕਦਾ ਜਿੰਨੇ ਪ੍ਰਕਾਸ਼ ਚੰਦ ਗਰਗ ਜੀ ਘਰ ਘਰ ਦੇ ਬੱਚੇ ਦੇ ਨਾਂ ਯਾਦ ਨੇ। ਅਤੇ ਜੋ ਇਹ ਸੇਵਾ ਕਰ ਸਕਦੇ ਨੇ ਉਹ ਹੋਰ ਕੋਈ ਵੀ ਸੇਵਾ ਨਹੀਂ ਕਰ ਸਕਦਾ। ਅਸੀਂ ਸਮੂਹ ਜੋ ਵੀ ਵਰਕਰ ਹਾਂ ਅਸੀਂ ਗਰਗ ਸਾਹਿਬ ਦੀ ਸਪੋਰਟ 'ਤੇ ਹਾਂ। ਅਗਰ ਆਜ਼ਾਦ ਲੜਨਾ ਪਿਆ ਜਾਂ ਪਾਰਟੀ ਨੇ ਕੋਈ ਰਿਵਿਊ ਨਾ ਦਿੱਤਾ, ਫਿਰ ਤੁਸੀਂ ਬਾਬੂ ਜੀ ਨਾਲ ਹੋ ਜਾਂ ਪਾਰਟੀ ਨਾਲ ਹੋ? ਅਸੀਂ ਪ੍ਰਕਾਸ਼ ਚੰਦ ਗਰਗ ਜੀ ਦੇ ਨਾਲ ਹਾਂ। ਸਮੂਹ ਸੰਗਤ ਸਮੂਹ ਏਰੀਏ ਦੇ ਜਿੰਨੇ ਵੀ ਵਰਕਰ ਨੇ ਅਸੀਂ ਇਹਨਾਂ ਦੀ ਤਨੋ ਮਨੋ ਧਨੋ ਇਹਨਾਂ ਦੀ ਸੇਵਾ ਕਰਾਂਗੇ ਅਤੇ ਇਹਨਾਂ ਦੇ ਨਾਲ ਖੜਾਂਗੇ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਜਾਰੂ ਵਰਕਰ ਜਿਹੜੇ ਕਿਤੇ ਰੁੱਸ ਕੇ ਘਰਾਂ ਦੇ ਵਿੱਚ ਬਹਿ ਗਏ ਸੀ, ਪਰ ਅੱਜ ਫਿਰ ਕਿਤੇ ਨਾ ਕਿਤੇ ਇਹਨਾਂ ਨੂੰ ਆਸ ਦੀ ਕਿਰਨ ਜਾਗੀ ਆ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਦੁਬਾਰਾ ਫਿਰ ਹਲਕਾ ਸੇਵਾਦਾਰ ਦਾ ਰੁਤਬਾ ਦੇ ਕੇ ਹਲਕਾ ਸੰਗਰੂਰ ਦੀ ਸੇਵਾ ਕਰਨ ਲਈ ਉਰੇ ਸੰਗਤ ਨੇ ਕਹਿ ਦਿੱਤਾ, ਕਿਉਂਕਿ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵੀ ਦਰਜ ਆ ਵੀ ਸੰਗਤ ਸਵਾ ਵਿਸਵਾ ਹੁੰਦੀ ਆ। ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਪਾਰਟੀ ਪ੍ਰਧਾਨ ਕੀ ਫੈਸਲਾ ਲੈਂਦੇ ਨੇ। ਪਲ ਪਲ ਦੀ ਅਪਡੇਟ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਇਕਬਾਲ ਸਿੰਘ ਫਗੂਆ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ।